ਇਸ ਲਈ ਦੀ ਵੱਡੀ ਖਬਰ ਐ ਜੀਟੀਐਫ ਨੇ ਦੋ ਮੁੱਖ ਪਗੋੜੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੁਹਾਨੂੰ ਦੱਸ ਦਈਏ ਕਿ ਜੱਗੂ ਭਗਵਾਨਪੁਰੀਆ ਦੇ ਸਾਥੀ ਗੈਂਗਸਟਰ ਮੰਨੇ ਜਾਂਦੇ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਗੋੜੇ ਸਨ ਜੀਟੀਐਫ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਜੱਗੂ ਭਗਵਾਨਪੁਰੀਆ ਦੇ ਸਾਥੀ ਗੈਂਗਸਟਰ ਮੰਨੇ ਜਾਂਦੇ ਸਨ ਮੰਨੀ ਰਈਆ ਤੇ ਮਨਦੀਪ ਤੂਫਾਨ ਦੋਨਾਂ ਨੂੰ ਹੀ ਉਹਨੇ ਜੀਟੀਐਫ ਨੇ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਜੱਗੂ ਭਗਵਾਨਪੁਰੀਆ ਗਰੁੱਪ ਦੇ ਦੋਵੇਂ ਮੈਂਬਰ ਦੱਸੇ ਜਾਂਦੇ ਸਨ ਬੜੀ ਧੀਰ ਤੋਂ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਜੜੀਆ ਕੀਤੀ ਜਾ ਰਹੀ ਸੀ ਦੋਵੇਂ ਪਗੋੜੇ ਸਨ ਸੋ ਅਮ ਤੋਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਸੋ ਏਜੀਟੀਐਫਡੀ ਟੀਮ ਨੇ ਮੁਸ਼ਤਦੀ ਦਿਖਾਉਂਦੇ ਹੋਏ ਆ ਦੋਵਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਦੋਵੇਂ ਹੀ ਕਤਲ ਡਕੈਤੀ ਤੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਲੋੜਿੰਦੇ ਸਬੂਤ ਮੰਨੇ ਜਾਂਦੇ ਨੇ ਔਰ ਇਹ ਵੀ ਪੂਰੀ ਉਮੀਜ ਜਤਾਈ ਜਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਰਨ ਦੇ ਤਹਿਤ ਜਿਹੜੀ ਜਾਂਚ ਪੜਤਾਲ ਹੋ ਰਹੀ ਹੈ ਇਹਨਾਂ ਤੋਂ ਵੀ ਪੁੱਛ ਪੜਤਾਲ ਹੋਵੇਗੀ ਔਰ ਕਾਫੀ ਚੀਜ਼ਾਂ ਦੀਆਂ ਜਿਹੜੀਆਂ ਪਹਿਹਾਂ ਨੇ ਹੁਣ ਖੁੱਲਣ ਗਿਆ ਸੋ ਦੋਵੇਂ ਹੀ ਇਹ ਦੋਨੋਂ ਹੀ ਵਿਅਕਤੀ ਕਤਲ ਡਕੈਤੀ ਤੇ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਕਾਫੀ ਹੱਦ ਤੱਕ ਲੋੜਿੰਦੇ ਸਬੂਤ ਮੰਨੇ ਜਾਂਦੇ ਨੇ ਸੋ ਇਸ ਗੱਲ ਦੀ ਪੁਖਤਾ ਜਿਹੜੀ ਜਾਣਕਾਰੀ ਹੈ ਡੀਜੀਪੀ ਪੰਜਾਬ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ ਕਿ ਏਜੀਟੀਐਫ ਦੀ ਪੂਰੀ ਟੀਮ ਨੇ ਜੱਗੂ ਭਗਵਾਨਪੁਰਿਆ ਦੇ ਸਾਥੀ ਗੈਂਗਸਟਰ ਮੰਨੀ ਰਈਆ ਤੇ ਮਨਦੀਪ ਤੂਫਾਨ ਨੂੰ ਗ੍ਰਿਫਤਾਰ ਕਰ ਲਿਆ